गुड मॉर्निंग डियर स्टूडेंट्स, आओ पंजाबी सीखिए क्लास विच। आज असी पड़नाव अते उस दियां किस्मां बारे जानांगे। सो शुरू कर। पड़नाव शब्द नाव शब्द दी थां ते वरते जांदे हन, जिवें ओह, मैं, तू, मेरे आदि। पड़नाव दे भेद 6 प्रकार दे हन। पुरशवाचक पड़नाव, निजवाचक पड़नाव, संबंधवाचक पड़नाव, प्रश्नवाचक पड़नाव, निश्चयवाचक पड़नाव, अनिश्चयवाचक पड़नाव। हुण असी पुरशवाचक पड़नाव जां पुरखवाचक पड़नाव बारे पढ़ांगे। जिहड़े पड़नाव शब्द बोलण वाला पुरख अपने लई, सुनण वाले लई जां जिस बारे गल कीती जांदी है उस लई उपयोग करदा है, उना नूं पुरखवाचक पड़नाव आखदे हन, जिवें असी, तुसी, मैं, ओह आदि। पुरखवाचक पड़नाव भी 3 प्रकार दे हुंदे हन। हुण असी पढ़ांगे उत्तम पुरख। जो पुरख गल करदा है उसनूं उत्तम पुरख या पहला पुरख कहिंदे हन। ਉਹ ਆਪਣਾ ਨਾਮ ਲੈਣ ਦੀ ਬਜਾਏ ਕਹਿੰਦਾ ਹੈ ਮੈਂ, ਅਸੀਂ, ਸਾਨੂੰ, ਸਾਡਾ, ਮੇਰੇ ਆਦਿ ਸ਼ਬਦਾਂ ਦੀ ਵਰਤੋਂ ਕਰਦਾ ਹੈ। ਜਿਵੇਂ ਮੈਂ ਦੇਸ਼ ਭਗਤ ਹਾਂ। ਮੱਧਮ ਪੁਰਖ, ਜਿਸ ਪੁਰਖ ਨਾਲ ਗੱਲ ਕੀਤੀ ਜਾਂਦੀ ਹੈ ਉਸਨੂੰ ਮੱਧਮ ਪੁਰਖ ਜਾਂ ਦੂਜਾ ਪੁਰਖ ਕਿਹਾ ਜਾਂਦਾ ਹੈ। ਜਿਵੇਂ ਤੂੰ, ਤੈਨੂੰ, ਤੇਰਾ, ਤੁਸੀਂ, ਤੁਹਾਨੂੰ, ਇਹ ਸਭ ਮੱਧਮ ਪੁਰਖ ਦੀਆਂ ਉਦਾਹਰਣਾਂ ਹਨ। ਜਿਵੇਂ ਤੂੰ ਅੱਜ ਕਿੱਥੇ ਗਿਆ ਸੀ। ਸੋ ਲਾਸਟ ਹੈ ਅੰਨ ਪੁਰਖ। ਜਿਸ ਪੁਰਖ ਬਾਰੇ ਗੱਲ ਕੀਤੀ ਜਾਵੇ ਉਸਨੂੰ ਅੰਨ ਪੁਰਖ ਜਾਂ ਤੀਜਾ ਪੁਰਖ ਕਿਹਾ ਜਾਂਦਾ ਹੈ। ਜਿਵੇਂ ਉਹ, ਉਹਨਾਂ, ਉਹਦਾ, ਉਹਦੀ। ਸੋ ਉਦਾਹਰਣ ਦੇ ਤੌਰ 'ਤੇ ਉਹਨਾਂ ਕੋਲ ਮਰੂਤੀ ਹੈ। ਨੰਬਰ 2 ਨਿਜਵਾਚਕ ਪੜਨਾਵ। ਉਹ ਪੜਨਾਵ ਜੋ ਨਾਵ ਦੇ ਨਾਲ ਆ ਕੇ ਉਸ ਨਾਵ ਦੀ ਨਿੱਜਤਾ ਨੂੰ ਪ੍ਰਗਟਾਵੇ ਉਸਨੂੰ ਨਿਜਵਾਚਕ ਪੜਨਾਵ ਕਿਹਾ ਜਾਂਦਾ ਹੈ। ਸੋ ਨਿਜਵਾਚਕ ਪੜਨਾਵ ਦੀਆਂ ਉਦਾਹਰਣਾਂ ਆਪ, ਖੁਦ, ਆਪਣੇ ਆਪ, ਆਪਸ ਆਦਿ, ਇਹ ਸਭ ਨਿਜਵਾਚਕ ਪੜਨਾਵ ਦੀਆਂ ਉਦਾਹਰਣਾਂ ਹਨ। ਰਾਧਾ ਆਪਣੇ ਆਪ ਗੱਡੀ ਚਲਾ ਕੇ ਚਲੀ ਗਈ। ਰੋਹਿਤ ਆਪ ਤੁਹਾਨੂੰ ਫੋਨ ਕਰੇਗਾ। ਸੋ ਇੱਥੇ ਆਪਣੇ ਆਪ ਕੀ ਹੈ। ਨੰਬਰ 3 ਸੰਬੰਧਵਾਚਕ ਪੜਨਾਵ। ਜਿਹੜੇ ਸ਼ਬਦ ਨਾਵ ਦੀ ਥਾਂ 'ਤੇ ਵਰਤੇ ਜਾਣ ਅਤੇ ਨਾਲ ਹੀ ਦੋ ਵਾਕਾਂ ਦਾ ਸੰਬੰਧ ਵੀ ਜੋੜਨ ਉਹਨਾਂ ਨੂੰ ਸੰਬੰਧਵਾਚਕ ਪੜਨਾਵ ਕਹਿੰਦੇ ਹਨ। ਉਦਾਹਰਣ ਹੈ ਜੋ ਕਰੇਗਾ ਸੋ ਭਰੇਗਾ। ਜਿਹੜਾ ਮੁੰਡਾ ਕੱਲ੍ਹ ਆਇਆ ਸੀ ਉਹ ਪ੍ਰਥਮ ਆਇਆ ਹੈ। ਮੇਰਾ ਇੱਕ ਜਮਾਤੀ ਹੈ ਜੋ ਹਮੇਸ਼ਾ ਮੇਰੇ ਨਾਲ ਹੀ ਰਹਿੰਦਾ ਹੈ। ਨੰਬਰ 4 ਪ੍ਰਸ਼ਨਵਾਚਕ ਪੜਨਾਵ। ਜਿਹੜੇ ਸ਼ਬਦ ਨਾਵ ਦੀ ਥਾਂ 'ਤੇ ਵੀ ਆਉਣ ਅਤੇ ਨਾਲ ਹੀ ਪ੍ਰਸ਼ਨ ਲਈ ਵੀ ਵਰਤੇ ਜਾਣ ਉਹਨਾਂ ਨੂੰ ਪ੍ਰਸ਼ਨਵਾਚਕ ਪੜਨਾਵ ਕਿਹਾ ਜਾਂਦਾ ਹੈ। ਉਦਾਹਰਣ ਦੇ ਤੌਰ 'ਤੇ ਜਿਵੇਂ ਕੌਣ, ਕਿਸ, ਕਿਹੜਾ, ਕਿੰਨੇ, ਕੀ, ਕਿਹਨੂੰ ਆਦਿ ਪ੍ਰਸ਼ਨਵਾਚਕ ਪੜਨਾਵ ਦੀਆਂ ਉਦਾਹਰਣਾਂ ਹਨ। ਕੌਣ ਹੈ ਬਾਹਰ, ਕਿਹੜਾ ਰੌਲਾ ਪਾ ਰਿਹਾ ਹੈ। ਸੋ ਇਹ ਸਭ ਕੀ ਹੈ, ਪ੍ਰਸ਼ਨਵਾਚਕ ਪੜਨਾਵ। ਨੰਬਰ 5 ਹੈ ਨਿਸ਼ਚੇਵਾਚਕ ਪੜਨਾਵ। ਜਿਹੜੇ ਪੜਨਾਵ ਕਿਸੇ ਦਿਸ ਰਹੇ ਵਿਅਕਤੀ, ਵਸਤੂ ਜਾਂ ਜੀਵ, ਦੂਰ ਜਾਂ ਨੇੜੇ ਦੀਆਂ ਚੀਜ਼ਾਂ ਵੱਲ ਸੰਕੇਤ ਕਰਨ ਉਹਨਾਂ ਨੂੰ ਨਿਸ਼ਚੇਵਾਚਕ ਪੜਨਾਵ ਕਿਹਾ ਜਾਂਦਾ ਹੈ। ਜਿਵੇਂ ਇਹ, ਉਹ, ਉਹ ਆਦਿ ਕੀ ਹਨ, ਇਸੇ ਪੜਨਾਵ ਦੀਆਂ ਉਦਾਹਰਣਾਂ ਹਨ। ਜਿਵੇਂ ਅਸੀਂ ਕਹਿੰਦੇ ਹਾਂ ਇਹ ਪੈੱਨ ਮੇਰਾ ਹੈ, ਉਹ ਕਿਤਾਬ ਮੇਰੀ ਹੈ। ਸੋ ਇਸ ਦੇ ਨਾਲ ਸਾਨੂੰ ਪਤਾ ਚੱਲਦਾ ਹੈ। ਅਨਿਸ਼ਚੇਵਾਚਕ ਪੜਨਾਵ। ਜਿਹੜੇ ਪੜਨਾਵ ਕਿਸੇ ਵਿਅਕਤੀ, ਵਸਤੂ ਜਾਂ ਜੀਵ ਦਾ ਨਿਸ਼ਚਿਤ ਗਿਆਨ ਨਾ ਦੇਣ ਉਹਨਾਂ ਨੂੰ ਅਨਿਸ਼ਚੇ ਪੜਨਾਵ ਕਿਹਾ ਜਾਂਦਾ ਹੈ। ਉਦਾਹਰਣ ਦੇ ਤੌਰ 'ਤੇ ਜਿਵੇਂ ਕੋਈ
ਕੁਝ ਕਈ ਹੋਰ ਅਨੇਕ ਵਿਰਲਾ ਬਹੁਤੇ ਸਭ ਇਹ ਸਭ ਅਨਿਸ਼ਚੈਵਾਚਕ ਦੀਆਂ ਉਦਾਹਰਨਾਂ ਹਨ ਜਿਵੇਂ ਗਰੀਬ ਤੇ ਵਿਰਲਾ ਹੀ ਤਰਸ ਕਰਦਾ ਹੈ ਸਭ ਲੋਕ ਚੰਗੇ ਨਹੀਂ ਹੁੰਦੇ ਸੋ ਇਹ ਕੀ ਹਨ ਅਨਿਸ਼ਚੈਵਾਚਕ।